ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਅਤੇ ਨੇਤਾਵਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਵਿਰੋਧੀ ਪਾਰਟੀਆਂ ਵਿਰੁੱਧ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਚਾਰ ਦੌਰਾਨ ਕਿਹਾ ਕਿ ਉਹਨਾਂ ਲੋਕਾਂ ਦਾ ਪੂਰਾ ਸਮਰਥਨ ਹਾਸਲ ਕਰ ਲਿਆ ਅਤੇ ਇਸ ਵਾਰ ਫਿਰ ਤੋਂ ਉਹ ਜਿੱਤ ਕੇ ਵਿਖਾਉਣਗੇ। ਨਾਲ ਹੀ ਉਹਨਾਂ ਬੀਤੇ ਦਿਨ ਅਕਾਲੀ ਦਲ ਦੇ ਹੱਕ ਵਿੱਚ ਸੁਖਬੀਰ ਬਾਦਲ ਦੀ ਰੈਲੀ ਨੂੰ ਫਲੋਪ ਸ਼ੋਅ ਕਿਹਾ। ਇਸ ਦੇ ਉਲਟ ਅਕਾਲੀ ਦਲ ਦੇ ਉਮੀਦਵਾਰ ਨਿਰਮਲ ਸਿੰਘ ਕਾਲੋ ਲਈ ਚੋਣ ਪ੍ਰਚਾਰ ਕਰ ਰਹੇ ਉਹਨਾਂ ਦੇ ਬੇਟੇ ਰਵੀ ਕਿਰਨ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਨਾਲ ਵੀ ਲੋਕਾਂ ਦੀ ਵੱਡੀ ਹਿਮਾਇਤ ਹੈ ਅਤੇ ਰਵੀ ਕਿਰਨ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੀ ਰੈਲੀ ਬੇਮਿਸਾਲ ਸੀ ਜਿਸ ਵਿੱਚ ਕਿ ਇਹ ਸਪਸ਼ਟ ਹੋ ਗਿਆ ਕਿ ਜਿੱਤ ਅਕਾਲੀ ਦਲ ਦੀ ਹੀ ਹੋਏਗੀ। ਉਹਨਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਇਹ ਪਾਰਟੀ ਉਥਲ ਪੁਥਲ ਦਾ ਸ਼ਿਕਾਰ ਹੋਈ ਹੈ ਅਤੇ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਬੁਰਾ ਹਾਲ ਹੈ। ਜਿਹੜੇ ਲੋਕ ਹਵਾ ਦਾ ਰੁੱਖ ਵੇਖ ਕੇ ਜਿਹੜੇ ਹੁੰਦੇ ਨੇ ਉਹ ਵੋਟ ਪਾਉਂਦੇ ਨੇ ਅਤੇ ਕੱਲ੍ਹ ਉਹਨਾਂ ਨੇ ਮਨ ਬਣਾ ਲਿਆ ਵਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਨੂੰ ਜਿਤਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿੱਚ ਵੱਡੀ ਲੀਡ ਨਾਲ ਜਿਤਾ ਕੇ ਤਾਂ ਪਾਉਣੀ ਹੈ। ਵੇਖੋ ਲੋਕ ਅੱਜ ਕੱਲ੍ਹ ਦਾ ਵੋਟਰ ਬਹੁਤ ਸਿਆਣਾ, ਉਹ ਹਰ ਚੀਜ਼ ਨੂੰ ਨਾਪ ਕੇ ਤੋਲ ਕੇ ਫਿਰ ਵੋਟ ਪਾਉਂਦਾ ਅਤੇ ਉਹਨਾਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਦੇਣ ਆ ਆਟਾ ਦਾਲ ਦੀ ਸਕੀਮ, ਇਹ ਸਾਰੇ ਮੈਂ ਤਾਂ ਇਹ ਕਹੂੰਗਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਨਵੇਕਲੀ ਸਕੀਮ ਸੀ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਦਿੱਤੀ ਸੀ ਅਤੇ ਕੋਈ ਵੀ ਵੋਟਰ ਜਾਂ ਕੋਈ ਵੀ ਪੰਜਾਬ ਦਾ ਨਾਗਰਿਕ ਇਹ ਨਹੀਂ ਚਾਹੂਗਾ ਕਿ ਉਹ ਸਰਕਾਰ ਆਵੇ ਜਿਹੜੀ ਇਹ ਸਾਨੂੰ ਡਰਾਵੇ ਦਿੰਦੀ ਹੋਵੇ ਕਿ ਅਸੀਂ ਇਹ ਬੰਦ ਕਰ ਦੇਵਾਂਗੇ, ਉਹ ਇਹਨਾਂ ਨੂੰ ਨਕਾਰ ਕੇ ਰੱਖ ਦੇਣਗੇ, ਕੋਈ ਚੀਜ਼ ਦਾ ਅਸਰ ਨਹੀਂ ਹੋਣਾ। ਕਾਂਗਰਸ ਵਾਲੇ ਇਸ ਵਾਰੀ ਵੀ ਜਿਹੜੇ ਨੇ ਮੇਰਾ ਖਿਆਲ ਹੈ ਕਿ ਜਿਹੜੀ ਆ ਡਬਲ ਗਿਣਤੀ ਬੜੀ ਔਖੀ ਕਰਨੀ ਪੂਰੀ ਹੋਈ ਪਈ, ਕਿਉਂਕਿ ਜਿੰਨੀ ਲੜਾਈ ਉਹਨਾਂ ਦੇ ਵਿੱਚ ਹਰ ਲੀਡਰ ਉਹਨਾਂ ਦੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਹਾ, 30 ਤੋਂ ਵੱਧ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਸਿਰਫ ਉੱਤੇ ਲੜਾਈ ਝਗੜੇ ਹੀ ਚੱਲਣ ਡਏ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕ ਜਿਸ ਤਰ੍ਹਾਂ ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 70 ਤੋਂ ਉੱਪਰ ਸੀਟਾਂ ਲੈ ਕੇ ਅਸੀਂ ਸਰਕਾਰ ਬਣਾਵਾਂਗੇ। ਰੁਝਾਨ ਬਹੁਤ ਵਧੀਆ ਆ ਰਿਹਾ, ਤੁਸੀਂ ਆਪ ਹੀ ਮਹਿਸੂਸ ਕਰ ਲਓ, ਜਿਸ ਪਿੰਡ ਜਾਈਦਾ ਸੰਗਤ ਬੜਾ ਵਧੀਆ ਤਰੀਕੇ ਨਾਲ ਜੀਆਂ ਕਹਿੰਦੀ ਆ ਅਤੇ ਅਕਾਲੀਆਂ ਦੀਆਂ ਕਰਤੂਤਾਂ ਤਾਂ ਦੁਖੀ ਆ, ਨਸ਼ਿਆਂ ਤਾਂ ਦੁਖੀ ਆ, ਜਿਹੜੀ ਮੰਡੀਆਂ 'ਚ ਲੁੱਟ ਖਸੁੱਟ ਹੋਈ ਕਿਸਾਨੀ ਦੀ ਉਹਦਾ ਤਾਂ ਦੁਖੀ ਆ ਅਤੇ ਉਹਦਾ ਉਹ ਜਵਾਬ ਅਕਾਲੀਆਂ ਨੂੰ 4 ਤਰੀਕ ਨੂੰ ਦੇਣਾ ਚਾਹੁੰਦੇ। ਰੈਲੀ ਹੈ ਵੀ ਨਹੀਂ ਸੀ, ਇਹੋ ਜਿਹੀ ਕੋਈ ਵੱਡੀ ਰੈਲੀ ਵੀ ਨਹੀਂ ਸੀ ਅਤੇ ਰੈਲੀ 'ਤੇ ਤਾਂ ਜਿਸ ਤਰ੍ਹਾਂ ਬੰਦੇ ਜਾਂਦੇ ਨੇ ਸਭ ਨੂੰ ਪਤਾ ਹੀ ਹੈ, ਕੋਈ ਉਹਦਾ ਕੋਈ ਤਲਕ ਨਹੀਂ, ਆਹ ਪਿੰਡ ਤੁਹਾਡੇ ਸਾਹਮਣੇ ਬੈਠਾ, ਝਾਤੀ ਮਾਰ ਲਓ। ਰੈਲੀ ਕੈਪਟਨ ਅਮਰਿੰਦਰ ਸਿੰਘ ਅਤੇ ਕੱਲ੍ਹ ਉਹਨਾਂ ਨੇ ਇੱਕ ਕਮੈਂਟ ਕੀਤਾ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਲਾਸਟ ਇਲੈਕਸ਼ਨ ਆ, ਲਾਸਟ ਇਲੈਕਸ਼ਨ ਉਹ ਹੀ ਕਹਿੰਦਾ ਵਾ ਮੇਰਾ ਜਿਹੜਾ ਮਰਨ ਵਾਲਾ ਹੋਵੇ, ਇਹੋ ਜਿਹੇ ਬਿਆਨ ਦੇਣੇ ਕਿੰਨੇ ਕੁ। ਚਲੋ ਉਹ ਤਾਂ ਉਹਨਾਂ ਦੀ ਘਟੀਆ ਸੋਚ ਆ, ਉਹੀ ਤਾਂ ਬਾਦਲ ਸਾਹਿਬ ਵੀ ਕਹਿੰਦੇ ਨੇ ਮੇਰਾ ਆਖਰੀ ਇਲੈਕਸ਼ਨ ਹੈ, ਹਾਂਜੀ ਕਾਲੋ ਸਾਹਿਬ ਵੀ ਕਹਿੰਦੇ ਨੇ ਆਖਰੀ ਇਲੈਕਸ਼ਨ ਹੈ, ਮੌਤ ਤਾਂ ਪਰਮਾਤਮਾ ਦੇ ਹੱਥ 'ਚ ਹੈ, ਮੇਰਾ ਨਹੀਂ ਪਤਾ ਮੈਂ ਉੱਥੋਂ ਤੱਕ ਜਾਣਾ ਕਿ ਨਹੀਂ ਜਾਣਾ।